ਮੇਰਾ ਨਾਮ ਵਿਕਰਮਦੀਪ ਸਿੰਘ ਹੈ ਜੀ। ਵਿਕਰਮਦੀਪ ਸਿੰਘ, ਕੀ ਘਟਨਾ ਹੋਈ ਹੈ, ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ? ਮੈਨੂੰ ਸੁਨਾਮ ਤੋਂ ਕਾਲ ਆਈ ਸੀ, ਕੋਈ ਵੀ ਸੁਨਾਮ ਤੋਂ ਵੀ ਸੁਨਾਮ ਰੋਡ ਜਿਹੜਾ ਸੰਗਰੂਰ ਦੇ ਵਿੱਚ ਸੁਨਾਮ ਰੋਡ ਹੈਗਾ, ਬਾਈਪਾਸ ਵਾਲਾ ਪੁਲ ਹੈ, ਉੱਥੇ ਕੋਈ ਐਕਸੀਡੈਂਟ ਹੋ ਗਿਆ, ਚਾਰ ਬੰਦੇ ਗੱਡੀ 'ਚ ਨੇਗੇ ਅਤੇ ਗੱਡੀ ਨੂੰ ਵੀ ਅੱਗ ਲੱਗ ਰਹੀ ਹੈਗੀ, ਵੀ ਤੁਸੀਂ ਜਲਦੀ ਪਹੁੰਚੋ। ਅਤੇ ਮੈਂ ਨਾਲ ਦੀ ਨਾਲ ਘਰੋਂ, ਮੇਰਾ ਪਿੰਡ ਬੱਗੂ ਆਣਾ ਹੈਗਾ ਅਤੇ ਉਰੋਂ ਹੈਗਾ 5 ਕਿਲੋਮੀਟਰ ਹੋਊਗਾ, ਅਤੇ ਮੈਂ ਨਾਲ ਦੀ ਨਾਲ ਅਸੀਂ ਭੱਜ ਕੇ ਬਸ ਉਰੇ ਪਹੁੰਚੇ ਜੀ। ਕਿੰਨੇ ਕੁ ਵਜੇ ਦੀ ਘਟਨਾ ਹੈ? ਇਹ 11:15 ਦੀ ਘਟਨਾ, ਹੁਣ ਤੋਂ 30 ਮਿੰਟ ਪਹਿਲਾਂ ਦੀ, ਹੁਣ ਤੋਂ 30 ਮਿੰਟ ਪਹਿਲਾਂ ਦੀ। ਅੱਛਾ, ਫਿਰ ਕੀ ਹੋਇਆ, ਤੁਸੀਂ ਕੀ ਕੀਤਾ? ਕੁਛ ਨਹੀਂ, ਬਸ ਆ ਕੇ ਕੀ ਕਰ ਸਕਦੇ ਜੀ ਬਈ, ਅੱਗ ਇੰਨੀ ਚੱਲ ਰਹੀ ਸੀਗੀ, ਸਾਰੀ ਗੱਡੀ ਭਾਂਬੜ ਬਣੀ ਪਈ ਸੀ, ਜਦੋਂ ਅਸੀਂ ਆ ਕੇ ਇੱਕਦਮ ਰੋਕੀ ਗੱਡੀ ਤਾਂ ਵੀ ਕੁਛ ਨਹੀਂ ਕਰ ਸਕਦੇ ਸੀ, ਬਸ ਵੀ ਐਂਬੂਲੈਂਸ ਦੀ ਵੇਟ ਕੀਤੀ, ਫਾਇਰ ਬ੍ਰਿਗੇਡ ਦੀ ਵੇਟ ਕਰ ਰਹੇ ਸੀ, ਬਸ ਹੋਰ ਅਸੀਂ ਕੁਛ ਕਰ ਹੀ ਨਹੀਂ ਸਕਦੇ। ਜਦੋਂ ਅੱਗ ਲੱਗ ਰਹੀ ਸੀਗੀ, ਸਾਰੀ ਗੱਡੀ 'ਚ ਭਾਂਬੜ ਮੱਚ ਰਹੇ ਸੀ, ਪਹਿਲਾਂ ਹੀ ਡੈਡ ਹੋ ਚੁੱਕੇ ਸੀ ਸਾਰੇ। ਕੀ ਸਮਝਾਇਆ ਤੁਹਾਨੂੰ, ਕੀ ਜਿਹੜੇ ਟਰੱਕ ਦੇ ਡੀਜ਼ਲ ਦੀ ਟੈਂਕੀ ਦੇ ਵਿੱਚ ਗੱਡੀ ਵੱਜੀ ਹੈਗੀ, ਅਤੇ ਉਹ ਗੱਡੀ ਟਰੱਕ ਦੀ ਡੀਜ਼ਲ ਦੀ ਟੈਂਕੀ ਜਾਂ ਤਾਂ ਬਲਾਸਟ ਹੋਇਆ ਜਾਂ ਕੁਛ ਵੀ ਹੋਇਆ, ਡੀਜ਼ਲ ਸਾਰੇ ਪਾਸੇ ਖਿਲਰਿਆ ਪਿਆ ਸੀਗਾ, ਉਹੀ ਮੈਨੂੰ ਲੱਗਦਾ ਵੀ ਉਹ ਗੱਡੀ ਦੇ ਉੱਤੇ ਡੀਜ਼ਲ ਪੈ ਗਿਆ ਅਤੇ ਉਹਦੇ ਕਰਕੇ ਸਾਰੀ ਗੱਡੀ ਨੂੰ ਅੱਗ ਲੱਗ ਗਈ, ਅਤੇ ਮੁਸਾਫਰ ਸਾਰੇ ਜਿਹੜੇ ਵਿੱਚ ਹੀ ਜਲ ਚੁੱਕੇ ਨੇਗੇ। ਕਿੰਨੇ ਕੁ ਜੀ ਲੱਗ ਦੇਖਿਆ ਤੁਸੀਂ ਵੀ, ਕਿੰਨੇ ਕੁ? 4 ਤੋਂ 5 ਲੱਗ ਰਹੇ ਨੇਗੇ, ਬਾਕੀ ਜੇ ਲਾਸ਼ਾਂ ਪੂਰੀ ਤਰ੍ਹਾਂ ਜਲ ਚੁੱਕੀਆਂ ਨੇਗੇ, ਪਤਾ ਨਹੀਂ ਲੱਗ ਰਿਹਾ ਵੀ ਕਿੰਨੇ ਹੋ ਸਕਦੇ ਨੇਗੇ, ਉਹ ਬਾਅਦ 'ਚ ਪੋਸਟਮਾਰਟਮ ਜਾਂ ਡਾਕਟਰੀ ਦੱਸਣਗੇ। ਮੇਰਾ ਨਾਮ ਹਰਪਾਲ ਸਿੰਘ ਹੈ ਜੀ। ਕੀ ਕੰਮ ਕਰਦੇ ਹੋ ਤੁਸੀਂ? ਅਸੀਂ ਆਹ ਚਾਹ ਦੀ ਰੇਹੜੀ ਲਾਉਂਦੇ ਹਾਂ ਜੀ ਉਰੇ। ਅੱਛਾ, ਹੁਣ ਤੁਸੀਂ ਦੇਖੋ ਜੀ, ਇੱਥੇ ਨੇਰਗਵਾਰ ਪਿਆ ਜੀ। ਹਾਂਜੀ, ਹਰ ਕੋਈ ਇਹੋ ਜਿਹਾ ਉਹ ਨਹੀਂ ਹੈਗਾ ਵੀ ਜਿਹੜਾ ਨਾ ਹੋਵੇ, ਇੱਥੇ ਨੇਰੇ 'ਚ ਐਕਸੀਡੈਂਟ ਹੀ ਹੋਣਾ ਜੀ। ਅੱਛਾ, ਕਿਸੇ ਪਾਸੋਂ ਦੀਆਂ ਨਹੀਂ ਵਾਸਤਾ ਨਹੀਂ ਕੁਛ ਜੀ। ਅੱਛਾ, ਹਾਂ ਜੀ। ਅੱਜ ਕੀ ਹੋਇਆ? ਅੱਜ ਆ ਜੀ, ਇੱਧਰੋਂ ਦੋਏ ਸੁਨਾਮ ਕਣੀ ਆ ਰਹੀਆਂ ਤੇ ਜੀ, ਇੱਧਰ ਇੱਕ ਗੱਡੀ ਖੜੀ ਤੇ ਉਹਨੂੰ ਪਾਸ ਕਰ ਰਹੀ ਤੀ ਗੱਡੀ, ਬਾ ਉਹ ਗੱਡੀ ਜਦੋਂ ਪਾਸ ਕਰਨ ਲੱਗੀ ਉਹ ਆਪ 'ਚ ਭਿੜ ਗਈਆਂ ਜੀ ਦੋਨੇ ਗੱਡੀਆਂ। ਭਿੜਨ ਤੋਂ ਬਾਅਦ ਕੀ ਹੋਇਆ? ਭਿੜਨ ਤੋਂ ਬਾਅਦ ਅੱਗ ਲੱਗ ਗਈ ਜੀ ਗੱਡੀ ਨੂੰ। ਅੱਛਾ, ਉਹ ਜਿਹੜਾ ਕੈਂਟਰ 'ਤੇ ਉਹਦੀ ਟੈਂਕੀ ਡਿੱਗੀ ਜੀ ਥੱਲੇ। ਅੱਛਾ, ਟੈਂਕੀ ਡਿੱਗਣ ਨਾਲ ਅੱਗ ਫੈਲ ਗਈ ਪੂਰੀ। ਅੱਛਾ, ਅੱਗ ਫੈਲ ਗਈ ਜੀ, ਉਹ ਫਿਰ ਵਿੱਚ ਬੰਦੇ ਦੇ ਜਿਹੜੇ ਕਾਰ ਦੇ ਜੀ ਉਹਨਾਂ ਨੂੰ ਲੱਗ ਗਈ, ਉਹ ਵਿੱਚੋਂ ਲਿਕੜੀ ਨਹੀਂ ਗਿਆ ਜੀ ਉਹਨਾਂ ਤੋਂ। ਪੰਜ ਜਣੇ ਨੇ ਜੀ। ਪੰਜੇ ਮਰ ਗਏ ਜੀ ਉਹ ਤਾਂ। ਇਹ ਪੂਰੇ ਇਸ ਰੋਡ 'ਤੇ ਕਿੰਨੇ ਕੁ ਹਾਦਸੇ ਹੋ ਰਹੇ ਨੇ ਜੀ ਤੁਸੀਂ? ਹਾਦਸੇ ਦਾ ਜੀ ਕੋਈ ਇਹੋ ਜਿਹਾ ਦਿਨ ਹੈ ਹੀ ਨਹੀਂ ਜਿਹੜੇ ਦਿਨ ਨਾ ਹੁੰਦਾ ਹੋਵੇ ਜੀ। ਅੱਛਾ, ਹਾਂ ਜੀ। ਹੁਣ ਤੁਸੀਂ ਦੇਖ ਲਓ ਜੀ, ਤੁਹਾਡੇ ਸਾਹਮਣੇ ਨੇਰਗਵਾਰ ਪਿਆ ਜੀ ਇੱਥੇ, ਕੀ ਦਿੰਦਾ ਜੀ ਇੱਥੇ? ਬਾਕੀ ਹੁਣ ਪੁਲ ਬਣਾਤਾ, ਪੁਲ 'ਤੇ ਲਾਈਟਾਂ ਲਾਤੀਆਂ ਜੀ। ਲਾਈਟਾਂ ਦਾ ਫਾਇਦਾ ਕੀ ਹੋਇਆ ਜੀ, ਜਦੋਂ ਆਪਾਂ ਨੂੰ ਕੋਈ ਪਤਾ ਹੀ ਨਹੀਂ ਲੱਗ ਰਿਹਾ। ਠੀਕ ਹੈ, ਵੀ ਗੱਡੀਆਂ ਤੇਜ਼ ਜਾਂਦੀਆਂ ਨੇ? ਬਹੁਤ ਤੇਜ਼ ਆਉਂਦੇ ਨੇ ਜੀ ਗੱਡੀਆਂ, ਕੋਈ ਇਹ ਰੋਕ ਟੋਕ ਤਾਂ ਹੀ ਨਹੀਂ ਕਿਸੇ ਪਾਸੇ, ਨਾ ਕੋਈ ਜੰਪ ਆਈ ਨਾ ਕੁਛ ਹੋਰ ਆਈ, ਮਾੜਾ ਮੋਟਾ ਕਿਸੇ ਪਾਸੇ ਬ੍ਰੇਕ ਸਪੀਕਰ 'ਚ ਵੀ ਚਾਹੀਦੇ ਨੇ। ਅੱਛਾ, ਕੋਈ ਉਹ ਨਹੀਂ ਹੈਗਾ ਜੀ, ਇੱਥੇ ਤਾਂ ਬਸ ਰੱਬ ਆਸਰਾ ਹੀ ਹੈ ਜੀ। ਅੱਛਾ, ਹਾਂ ਜੀ। ਐਸਐਸਟੀ ਸਾਹਿਬ, ਕੀ ਹਾਦਸਾ ਹੋਏਗਾ, ਕਦੋਂ ਪਤਾ ਲੱਗਿਆ ਅਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ? ਪਤਾ 11 ਵਜੇ ਦੇ ਕਰੀਬ ਗੱਡੀ ਦਾ ਇਹਦੇ ਨਾਲ ਕੈਂਟਰ ਨਾਲ ਐਕਸੀਡੈਂਟ ਹੋਇਆ, ਉਹਦੀ ਤੇਲ ਵਾਲੀ ਟੈਂਕੀ 'ਚ ਵੱਜੀ ਆ, ਇਹਦੇ ਵਿੱਚ ਸ਼ਾਇਦ 4 ਜਾਂ 5 ਬੰਦੇ ਸੀਗੇ, ਮੌਕੇ 'ਤੇ ਗੱਡੀ ਨੂੰ ਅੱਗ ਲੱਗਣ ਕਾਰਨ ਜਿਹੜੇ ਬੰਦੇ ਸੀ ਵਿੱਚ ਹੀ ਉਹ ਬਰਨ ਹੋ ਗਏ, ਅਤੇ ਉਹਨਾਂ ਦਾ ਗੱਡੀ ਜਿਹੜੀ ਸੈਂਟਰ ਲੌਕ ਹੈ, ਅਸੀਂ ਕਟਰ ਮੰਗਾ ਕੇ ਉਹਨਾਂ ਦੇ ਵਾਰਸਾਂ ਨੂੰ ਤਲਾਹ ਹੋ ਗਈ ਹੈ, ਅਤੇ ਕਟਰ ਅਸੀਂ ਮੰਗਾਇਆ, ਕਟਰ ਮੰਗਾ ਕੇ ਡੈੱਡ ਬੋਡੀਆਂ ਕੱਢ ਕੇ ਇਹਨਾਂ ਨੂੰ ਅਸੀਂ ਡੈੱਡ ਹਾਊਸ ਸਿਵਲ ਹੋਸਪਿਟਲ ਇੱਥੇ ਸੰਗਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੌਕੇ 'ਤੇ ਪੁਲਿਸ ਫੋਰਸ ਆ ਰਹੀ ਸੀ, ਇਹ ਦਿੜਬੇ ਸਾਈਡ ਤੋਂ ਆ ਰਹੇ ਸੀਗੇ, ਸ਼ਾਇਦ ਮੋਗੇ ਸਾਈਡ ਦੇ ਬੰਦੇ ਨੇ ਇਹ, ਜਿਹੜੇ ਇਹਨਾਂ ਦੇ ਰਿਸ਼ਤੇਦਾਰ ਸੀ ਉੱਥੇ ਕੋਈ ਪਾਰਟੀ ਤੋਂ ਆਏ ਸੀਗੇ, ਉਹ ਬੰਦੇ ਇੱਥੇ ਪਹੁੰਚ ਚੁੱਕੇ ਨੇ ਅਤੇ ਉਹ ਅੱਗੇ ਇਨਫੋਰਮ ਕਰ ਰਹੇ ਨੇ ਟੈਲੀਫੋਨ ਨੰਬਰ ਵਗੈਰਾ ਲੈ ਕੇ। ਕਿੰਨੇ ਕੁ ਵਜੇ ਦਾ ਹਾਦਸਾ ਸੀਗਾ, ਤੁਸੀਂ ਕਿੰਨੇ ਕੁ ਵਜੇ ਦੇਖ ਰਹੇ ਹੋ? ਅਸੀਂ 11 ਵਜੇ ਆ ਗਏ ਸੀਗੇ, ਮੇਰੇ ਖਿਆਲ 10:30 ਵਜੇ ਦਾ ਹਾਦਸਾ ਹੋਣਾ ਹੈ।